ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਬਾੜ ਜਾਂ ਬਾਰਿਸ਼ ਦੀਆਂ ਨਹੀਂ ਬਲਕਿ ਤਸਵੀਰਾਂ ਮੋਹਾਲੀ ਦੇ ਖਰੜ ਦੇ ਵਿੱਚ ਸੀਵਰੇਜ ਦਾ ਪਾਈਪ ਫਟਣ ਦੀਆਂ ਨੇ। ਜੀ ਹਾਂ, ਸੀਵਰੇਜ ਦਾ ਪਾਈਪ ਫਟਿਆ। ਪਾਣੀ ਦਾ ਬਹਾਵ ਇੰਨਾ ਤੇਜ਼ ਸੀ ਕਿ ਸੜਕ ਨੂੰ ਹੀ ਆਪਣੇ ਨਾਲ ਵਹਾ ਲੈ ਗਿਆ। ਇਸ ਤੋਂ ਬਾਅਦ ਸੀਵਰੇਜ ਦਾ ਇਹ ਗੰਦਾ ਪਾਣੀ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਮ੍ਹਾਂ ਹੋ ਗਿਆ ਤੇ ਜਮ੍ਹਾਂ ਹੋਏ ਇਸ ਗੰਦੇ ਪਾਣੀ ਦੀ ਬਦਬੂ ਨੇ ਲੋਕਾਂ ਦਾ ਜੀਣਾ ਤੱਕ ਮੁਹਾਲ ਕਰ ਦਿੱਤਾ। ਸਰ, ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ। ਇਹ ਲਿੰਕ ਟੁੱਟ ਗਿਆ ਸਾਡਾ ਸ਼ਹਿਰ ਨਾਲੋਂ ਜੀ, ਖਰੜ ਸ਼ਹਿਰ ਨਾਲ ਲਿੰਕ ਟੁੱਟ ਗਿਆ ਜੀ, 50 ਪਿੰਡਾਂ ਦਾ ਜੀ। ਹਾਂਜੀ, ਹੋਇਆ ਕਿਸ ਤਰੀਕੇ ਨਾਲ, ਇਹ ਕਿਸ ਤਰੀਕੇ ਨਾਲ? ਕਿਉਂਕਿ ਪਰਸਨੇ ਤੋੜਿਆ ਜੀ, ਸੜਕ ਤੋੜੀ ਹੈ ਜੀ, ਇਹ ਗੰਦਾ ਪਾਣੀ ਖਰੜ ਦਾ ਸੀਵਰੇਜ ਦਾ ਸਿੱਟ ਕੇ ਜੀ ਇਹਦੇ ਵਿੱਚ ਜੀ, ਤੇ ਅੱਗੇ ਇਹਨਾਂ ਨੇ ਅੱਗੇ ਤੋੜ ਦਿੱਤਾ ਜੀ, ਸੜਕ ਟੁੱਟ ਗਈ ਜੀ। ਤੋੜਿਆ ਕਿਉਂ, ਮਤਲਬ ਕਿਸ ਤਰੀਕੇ ਨਾਲ ਤੋੜਿਆ ਤੇ ਕਿਉਂ ਕਿਉਂ ਤੋੜਿਆ? ਮਤਲਬ ਇਹਨਾਂ ਨੇ ਜੇਸੀਬੀ ਮਸ਼ੀਨਾਂ ਲਿਆਂਦੀਆਂ ਜੀ। ਨਹੀਂ, ਕੋਈ ਤਾਂ ਕਾਰਨ ਰਿਹਾ ਹੋਣਾ, ਕਿਉਂ ਤੋੜਿਆ? ਜਮੀਨਾਂ ਕੁਆਇਰ ਕਰੋ ਤੁਸੀਂ ਜਾਂ ਨਦੀ ਕਢਾਓ ਤੁਸੀਂ। ਉਹ ਨਦੀ ਕਢਾਉਣ ਦੀ ਬਜਾਏ ਇਹਨਾਂ ਨੇ ਸੋਚਿਆ ਵੀ ਇਸ ਵਾਰੀ ਨਹਿਰ ਦੇ ਵਿੱਚ ਪਾਣੀ ਛੱਡ ਦਿੰਦੇ ਆ, ਬਸ ਇਹ ਮਸਲਾ ਸੋਲੂਸ਼ਨ ਇਹਨਾਂ ਨੇ ਇਹ ਲੱਭ ਲਿਆ ਬਸ ਇਹਦਾ। ਅੱਜ ਤੋਂ 2 ਮਹੀਨੇ ਸਾਡਾ ਪਾਣੀ ਬਿਲਕੁਲ ਬੇਕਾਰ ਹੋ ਜਾਣਾ, ਅਸੀਂ ਸੈਂਪਲ ਭਰਵਾਓਗੇ ਪ੍ਰਸ਼ਾਸਨ ਤੇ। ਕਿੰਨੀ ਪਰੇਸ਼ਾਨੀ ਆ ਰਹੀ ਕਿਉਂਕਿ ਇਸਦੇ ਮੱਛੀਆਂ ਵੀ ਮਰ ਰਹੀਆਂ ਨੇ ਇੱਥੇ। ਹਾਲੇ ਤਾਂ ਇਹਦੇ ਚ ਬਹੁਤ ਮਰਨੀਆਂ ਸਰ, 2 ਦਿਨ ਤੋਂ ਬਾਅਦ ਅਸੀਂ ਤੁਹਾਨੂੰ ਫੇਰ ਵੀ ਬੁਲਾਵਾਂਗੇ, ਰਿਕੁਐਸਟ ਕਰੂੰਗੇ। ਇਹਦੇ ਵਿੱਚ ਵੀ ਬਹੁਤ ਮੱਛੀਆਂ ਮਰਨੀਆਂ, ਬਹੁਤ ਜਾਨਵਰਾਂ ਦਾ ਨੁਕਸਾਨ ਹੋ ਰਿਹਾ। ਹੁਣ ਦਰਖਤ ਦੇਖ ਲਓ ਕਿੰਨੇ ਖਰਾਬ ਹੋ ਗਏ। ਉੱਥੇ ਹੀ ਸੀਵਰੇਜ ਦੀ ਪਾਈਪ ਲਾਈਨ ਟੁੱਟਣ ਦੇ ਨਾਲ ਪੂਰਾ ਇਲਾਕਾ ਮਨੋ ਗੰਦੇ ਪਾਣੀ ਦੀ ਇਸ ਨਹਿਰ ਦੇ ਵਿੱਚ ਤਬਦੀਲ ਹੋ ਗਿਆ। ਜਿੱਥੇ ਤੱਕ ਨਜ਼ਰ ਜਾ ਰਹੀ ਸੀ ਉੱਥੇ ਤੱਕ ਇਹ ਗੰਦੇ ਪਾਣੀ ਦੀ ਝੀਲ ਵਹਿੰਦੀ ਹੋਈ ਨਜ਼ਰ ਆ ਰਹੀ ਸੀ। ਲੋਕ ਬੇਹੱਦ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਨੂੰ ਹੁਣ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕਰ ਰਹੇ ਨੇ। ਤੇ ਆ ਇਸ ਵਾਰੀ ਨਹਿਰ ਵਿੱਚ ਗੰਦਾ ਪਾਣੀ ਗਿਰਿਆ ਹੋਇਆ ਤੇ ਮੱਛੀ ਤਾਂ ਮਰੀ ਹੋਇਆ ਜੀ, ਬਾਕੀ ਜੋ ਆਵਾਜਾਈ ਆ ਉਹ ਵੀ ਬੰਦ ਹੋਈ ਹੈ ਜੀ, ਸਾਰੇ ਏਰੀਆ ਬੰਦ ਹੋ ਗਿਆ ਜੀ। ਅੱਛਾ, ਹਾਂ ਜੀ, ਇਹਦੇ ਨਾਲ ਆਵਾਜਾਈ ਬੰਦ ਹੋ ਗਈ, ਨਿਆਣੇ ਸਕੂਲ ਦੇ ਪਰੇਸ਼ਾਨ ਹੋ ਰਹੇ ਆ, ਮੁਲਾਜ਼ਮ ਪਰੇਸ਼ਾਨ ਹੋ ਰਹੇ ਆ, ਕੋਈ ਕਿਧਰੇ ਜਾ ਰਿਹਾ ਕੋਈ ਕਿਧਰੇ ਜਾ ਰਿਹਾ, ਸਾਰਾ ਇਹ ਪ੍ਰਸ਼ਾਸਨ ਨੇ ਤੋੜਿਆ। ਪ੍ਰਸ਼ਾਸਨ ਨੇ ਕਿਸ ਤਰੀਕੇ ਨਾਲ ਤੋੜਤਾ? ਜਦ ਸੀਵਰੇਜ ਦਾ ਪਾਣੀ ਛੱਡਿਆ ਗਿਆ ਫਿਰ ਪ੍ਰਸ਼ਾਸਨ ਨੇ ਕਿਸ ਤਰੀਕੇ ਨਾਲ ਤੋੜਿਆ? ਜਦ ਪਾਣੀ ਜ਼ਿਆਦਾ ਭਰ ਗਿਆ ਜੀ ਫਿਰ ਤੋੜਤੇ ਇਹਨਾਂ ਨੇ, ਉਹੀ ਪਾਣੀ ਪਿੱਛੇ ਨੂੰ ਮੁੜਨ ਲੱਗ ਗਿਆ ਫਤਿਹਗੜ੍ਹ ਨੂੰ। ਫਿਰ ਉਹਨਾਂ ਨੇ ਸੋਚਿਆ, ਲੋਕਾਂ ਨੇ ਉਹਨਾਂ ਨਾਲ ਉੱਪਰ ਰੌਲਾ ਪਾਇਆ, ਉਹਨਾਂ ਨੇ ਦੇਖੇ ਪੈਪ ਖੋਲ ਦੋ, ਇਹ ਪੈਪ ਇਹਨਾਂ ਸਲਕਾ ਮਾਰੇ ਪਾਣੀ ਨੇ। ਦੱਸ ਦਈਏ ਕਿ ਸੀਵਰੇਜ ਦਾ ਪਾਈਪ ਟੁੱਟਣ ਦੇ ਨਾਲ ਸੜਕ ਲਗਭਗ 100 ਫੁੱਟ ਨੀਚੇ ਜਾ ਡਿੱਗੀ ਹੈ ਤੇ ਇਸੇ ਦੌਰਾਨ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਜੋ ਟਲ ਗਿਆ। ਹੁਣ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਕਦੋਂ ਤੱਕ ਇਸ ਸਮੱਸਿਆ ਦਾ ਹੱਲ ਕੱਢੇਗਾ। ਬਜ਼ਮ ਵਰਮਾ, ਜ਼ੀ ਮੀਡੀਆ, ਮੋਹਾਲੀ। ਹਮਸੇ ਜੁੜੇ ਰਹਿਣੇ ਕੇ ਲੀਏ ਹਮਾਰੇ ਯੂਟਿਊਬ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਨਏ ਵੀਡੀਓ ਕੀ ਨੋਟੀਫਿਕੇਸ਼ਨ ਕੇ ਲੀਏ ਬੈਲ ਆਇਕਨ ਕੋ ਦਬਾਏ ਔਰ ਅਗਰ ਆਪ ਯੇ ਵੀਡੀਓ ਫੇਸਬੁੱਕ ਪਰ ਦੇਖ ਰਹੇ ਹੈ ਤੋ ਹਮਾਰੇ ਪੇਜ ਕੋ ਲਾਇਕ ਔਰ ਸ਼ੇਅਰ ਜ਼ਰੂਰ ਕਰੇਂ। ਧੰਨਵਾਦ।